ਕਹਿੰਦਾ ਮਹਾਰਾਜ ਸਮਾਂ ਤਾਂ ਆਉਣ ਦੋ, ਤੁਹਾਡੇ ਨਾਲ ਨਾ ਜੰਗ ਦੇ ਵਿੱਚ ਅਸੀਂ ਸਾਥ ਦੇਵਾਂਗੇ। ਓਏ ਅੱਜ ਮਹਾਰਾਜ ਦਸਵੇਂ ਪਾਤਸ਼ਾਹ ਤੇ ਔਖਾ ਸਮਾਂ ਆਇਆ ਏ, ਉਹ ਮਹਾਰਾਜ ਨੂੰ ਛੱਡ ਕੇ ਚਲੇ ਜਾ ਰਹੇ ਆਨੰਦਪੁਰ ਸਾਹਿਬ ਦੀ ਧਰਤੀ, ਕਿਹੋ ਜਿਹਾ ਸਮਾਂ ਹੋਣਾ। ਉਹ ਮਹਾਰਾਜ ਕਹਿੰਦੇ ਸਿੰਘ ਕਿਸੇ ਸਮੇਂ ਮੈਨੂੰ ਪਤਾ ਕੀ ਕਹਿੰਦੇ ਮਾਤਾ ਜੀ? ਮਾਤਾ ਜੀ ਕਹਿੰਦੇ ਹਾਂਜੀ ਲਾਲ ਜੀ। ਉਹ ਮਹਾਰਾਜ ਕਹਿੰਦੇ ਕਿਸੇ ਸਮੇਂ ਇਹ ਸਿੰਘ ਮੈਨੂੰ ਕਹਿੰਦੇ ਹੁੰਦੇ ਸੀ, ਉਹ ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ, ਓਏ ਅੱਧ ਵਿਚਕਾਰ ਛੱਡ ਗਏ। ਮਹਾਰਾਜ ਕਹਿੰਦੇ ਕਹਿੰਦੇ ਮਾਤਾ ਜੀ ਇਹ ਸਿੰਘ ਕਹਿੰਦੇ ਹੁੰਦੇ ਸੀ ਕਿਤੇ ਸਮਾਂ ਤਾਂ ਆਉਣ ਦੋ, ਅੱਜ ਜੇ ਸਮਾਂ ਆਇਆ ਭੁੱਖ ਦੇ ਦੁੱਖ ਦੇ ਵਿੱਚ ਮੈਨੂੰ ਛੱਡ ਕੇ ਚਲੇ। ਉਹ ਧੰਨ ਮਾਤਾ ਗੁਜਰ ਕੌਰ ਜੀ ਮਹਾਰਾਜ ਨੂੰ ਨਾ ਜਦੋਂ ਸਿੰਘ ਕੀ ਕਹਿੰਦੇ ਸਿੰਘਾਂ ਨੂੰ ਮਹਾਰਾਜ ਕਹਿੰਦੇ ਮੈਂ ਸ਼ਾਸਤਰਾਂ ਦੇ ਜ਼ੋਰ ਦਿਖਾਊਂਗਾ ਇਹਨਾਂ ਦੇ ਨਾ ਮੁਗਲਾਂ ਦੇ ਦੰਦ ਖੱਟੇ ਕਰੂੰ ਯੁੱਧ ਕਰਕੇ। ਪਰ ਜਦੋਂ ਮਾਤਾ ਗੁਜਰ ਕੌਰ ਜੀ ਨੇ ਹੁਕਮ ਕੀਤਾ ਨਾ ਕੀ ਕਹਿੰਦੇ, ਕਹਿੰਦੇ ਲਾਲ ਜੀ ਕਿਤੇ ਮਾਲ ਵਿੱਚ ਡੇਰੇ ਲਾ ਲਾਂਗੇ ਅਸੀਂ ਨਾ ਆਨੰਦਪੁਰ ਸਾਹਿਬ ਨੂੰ ਛੱਡ ਦੇਈਏ। ਸੰਗ ਜੀ ਕਿਹੋ ਜਿਹਾ ਸਮਾਂ ਹੋਣਾ ਜਦੋਂ ਦਸਵੇਂ ਪਾਤਸ਼ਾਹ ਨੇ ਨੰਦਾ ਦੀ ਪੁਰੀ ਨੂੰ ਛੱਡਿਆ। ਘਰ ਛੱਡਣੇ ਬਹੁਤ ਔਖੇ ਨੇ। ਉਹ ਧੰਨ ਦਸਵੇਂ ਪਾਤਸ਼ਾਹ ਕਿੰਨਾ ਸਮਾਂ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਭਾਗ ਲਾ। ਕਿਸੇ ਸਮੇਂ ਨਾ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਧਰਤੀ ਨੂੰ ਮੁੱਲ ਖਰੀਦੇ।
ਉਹ ਜਦੋਂ ਮਹਾਰਾਜ ਨੇ ਛੱਡਿਆ ਨਾ ਅਨੰਦਪੁਰ ਸਾਹਿਬ ਦੀ ਧਰਤੀ ਨੂੰ, ਜਦੋਂ ਤੁਰੇ ਆ ਨਾਲ ਗਿਣਤੀ ਦੇ ਸਿੰਘ ਮਹਾਰਾਜ ਦੇ ਨਾਲ ਮਹਿਲ ਉਹ ਨਾਲ ਚਾਰ ਸਾਹਿਬਜ਼ਾਦੇ, ਜਦੋਂ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਛੱਡਿਆ ਉਹ ਮਹਾਰਾਜ ਨੂੰ ਨਾ ਅਨੰਦਪੁਰ ਸਾਹਿਬ ਦੀ ਧਰਤੀ ਕੀ ਕਹਿੰਦੀ ਆ, ਕਹਿੰਦੀ ਮਹਾਰਾਜ ਜੀ ਕਿਤੇ ਫਿਰ ਵੀ ਤੁਹਾਡੇ ਦਰਸ਼ਨ ਹੋਣਗੇ, ਉਹ ਕਿਤੇ ਤੁਸੀਂ ਫਿਰ ਵੀ ਭਾਗ ਲਾਓਗੇ। ਧੰਨ ਦਸਵੇਂ ਪਾਤਸ਼ਾਹ ਉਹ ਪਟਨਾ ਸਾਹਿਬ ਦੀ ਧਰਤੀ ਨੂੰ ਛੱਡਿਆ, ਮਹਾਰਾਜ ਉੱਥੇ ਨਹੀਂ ਗਏ। ਉਹ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਛੱਡਿਆ, ਮਹਾਰਾਜ ਵਾਪਸ ਨਹੀਂ ਆਏ। ਹੁਣ ਮਹਾਰਾਜ ਕਹਿੰਦੇ ਅਨੰਦਪੁਰੀਏ ਹੁਣ ਅਸੀਂ ਚੱਲੇ ਆ, ਤੂੰ ਬੱਸਦੀ ਰਹਿ, ਨਾਲੇ ਦਸਵੇਂ ਪਾਤਸ਼ਾਹ ਤੁਰਦੇ ਆ ਨਾਲੇ ਮਹਾਰਾਜ ਨਾ ਅਨੰਦਪੁਰ ਸਾਹਿਬ ਦੀ ਧਰਤੀ ਵੱਲ ਵੇਖਦੇ ਹਨਾ, ਆਪਣਾ ਧਿਆਨ ਕਿਤੇ ਆਪਣੇ ਘਰਾਂ ਵੱਲ ਲੈ ਕੇ ਜਾਓ। ਜਦੋਂ ਨਾ ਆਪਾਂ ਆਪਣੇ ਬੱਚਿਆਂ ਨੂੰ ਕਿਤੇ ਏਅਰਪੋਰਟ ਤੇ ਚੜ੍ਹਾਉਣ ਜਾਂਦੇ ਆ, ਕਿਵੇਂ ਘਰ ਯਾਦ ਆਉਂਦੇ ਆ, ਬਰਾਕ ਦੇ ਵਿੱਚ ਕਿਵੇਂ ਰੋਂਦੇ ਆ, ਨਾਲੇ ਤਾਂ ਕਮਾਉਣ ਵਾਸਤੇ ਜਾਂਦਾ ਨਾਲੇ ਘਰ ਦੇ ਬਜ਼ੁਰਗ ਦੇ ਵਿੱਚ ਰੋਂਦੇ ਆ। ਉਹ ਦਸਵੇਂ ਪਾਤਸ਼ਾਹ ਨੇ ਜਦੋਂ ਨੰਦਾ ਦੀ ਪੁਰੀ ਨੂੰ ਛੱਡਿਆ ਕਿਹੋ ਜਿਹਾ ਸਮਾਂ ਹੋਣਾ, ਅਸੀਂ ਇੱਥੇ ਕੀ ਕਰਦੇ ਆ, ਅਸੀਂ ਲੰਗਰ ਹੀ ਨਾ ਲੰਗਰ ਛਕੀ ਜਾਂਦੇ ਆ। ਇੱਥੇ ਤਿੰਨ ਤਰ੍ਹਾਂ ਦੀ ਸੇਵਾ ਏ, ਗੁਰੂ ਨਾਨਕ ਦੇ ਘਰ ਦੇ ਵਿੱਚ ਨਾ ਤਿੰਨ ਤਰ੍ਹਾਂ ਦੀ ਸੇਵਾ ਏ, ਮਨ ਦੀ ਸੇਵਾ ਏ, ਧਨ ਦੀ ਸੇਵਾ ਏ, ਤਨ ਦੀ ਸੇਵਾ ਏ। ਮਨ ਦੀ ਸੇਵਾ ਕੀ ਹੈ, ਜਿਹੜਾ ਬੈਠ ਕੇ ਕੀਰਤਨ ਸੁਣ ਲੈਣਾ ਤੁਸੀਂ, ਇਹ ਤੁਹਾਡੇ ਸਵਾਸ ਲੇਖੇ 'ਚ ਲੱਗ ਜਾਣੇ ਨੇ। ਗੁਰੂ ਨਾਨਕ ਦੀ ਵਡਿਆਈ ਜਦੋਂ ਕੰਨਾਂ ਦੇ ਵਿੱਚ ਪੈ ਗਈ ਨਾ ਦਸਵੇਂ ਪਾਤਸ਼ਾਹ ਦੀ, ਤੁਹਾਡਾ ਸਵਾਸ ਸਵਾਸ ਲੇਖੇ 'ਚ ਲੱਗ ਜਾਣਾ। ਤਨ ਦੀ ਸੇਵਾ ਕੀ ਆ, ਜਿਹੜੇ ਲੰਗਰਾਂ ਦੇ ਵਿੱਚ ਜੂਠੇ ਬਰਤਨ ਧੋ ਲੈਣੇ, ਉਹ ਗੁਰੂ ਨਾਨਕ ਦੇ ਘਰ ਦਾ ਜਿਹਨੇ ਝਾੜੂ ਫੇਰ ਲੈਣਾ, ਜੋ ਮਰਜ਼ੀ ਮੰਗ ਲੈ, ਤੁਹਾਡੇ ਦੁੱਖਾਂ ਦੇ ਪਾਪਾਂ ਦਾ ਨਾਸ਼ ਮਹਾਰਾਜ ਕਰ ਦੇਣਗੇ। ਉਹ ਜਦੋਂ ਦਸਵੇਂ ਪਾਤਸ਼ਾਹ ਨੰਦਾ ਦੀ ਪੁਰੀ ਨੂੰ ਛੱਡਿਆ, ਉਹ ਮਹਾਰਾਜ ਨਾਲੇ ਨੰਦਾ ਦੀ ਪੁਰੀ ਨੂੰ ਦੇਖਦੇ ਨਾਲੇ ਕੀ ਕਹਿੰਦੇ ਆ, ਕਹਿੰਦੇ ਅਨੰਦਪੁਰੀਏ ਹੁਣ ਅਸੀਂ ਚਲੇ ਜਾਣੇ, ਤੂੰ ਐਂ ਬੱਸਦੀ ਰਹਿ। ਉਹ ਮਹਾਰਾਜ ਨੰਦਾ ਦੀ ਪੁਰੀ ਵੱਲ ਝਾਕ ਕੇ ਕੀ ਕਹਿੰਦੇ ਆ, ਉਹ ਅਨੰਦਪੁਰੀਏ ਤੂੰ ਬੱਸਦੀ ਰਹਿ, ਘਰ ਕੂਚ ਚੱਲੇ ਮੁੜ ਆਉਣਾ ਨੀ।
ਧੰਨ ਦਸਵੇਂ ਪਾਤਸ਼ਾਹ ਜਦੋਂ ਨੰਦਾ ਦੀ ਪੁਰੀ ਨੂੰ ਛੱਡਿਆ ਨਾ ਮਹਾਰਾਜ, ਬਾਬਾ ਜੀ ਬਚਨ ਕਰਦੇ ਸੀ ਉਹ ਧੰਨ ਦਸਵੇਂ ਪਾਤਸ਼ਾਹ ਜਦੋਂ ਸਰਸਾ ਨਦੀ ਤੇ ਪਹੁੰਚੇ, ਦੇਖੋ ਮਹਾਰਾਜ ਤੇ ਕਿਹੋ ਜਿਹਾ ਸਮਾਂ ਆਇਆ। ਜਦੋਂ ਨਾ ਮਹਾਰਾਜ ਸਰਸਾ ਨਦੀ ਤੇ ਪਹੁੰਚੇ ਉੱਥੇ ਗੁਰਦੁਆਰਾ ਸਾਹਿਬ ਦਾ ਨਾਮ ਪਤਾ ਕੀ ਆ? ਅਸੀਂ ਨਾ ਜਦੋਂ ਏਅਰਪੋਰਟਾਂ ਤੇ ਜਾਂਦੇ ਹਾਂ ਆਪਣੇ ਬੱਚਿਆਂ ਨੂੰ ਚੜਾਉਣ, ਕਿਉਂ ਰੋਂਦੇ ਆ? ਵਿਛੋੜੇ ਦੇ ਦੁੱਖ 'ਚ ਰੋਂਦੇ ਆ, ਨਾਲੇ ਕਮਾਉਣ ਭੇਜਣਾ। ਉਹ ਜਦੋਂ ਦਸਵੇਂ ਪਾਤਸ਼ਾਹ ਨਾ ਆਪਣੇ ਪਰਿਵਾਰ ਦੇ ਨਾਲ ਸਰਸਾ ਨਦੀ ਤੇ ਪਹੁੰਚੇ, ਉਹ ਸਰਸਾ ਨਦੀ ਵੀ ਪੂਰੀ ਚੜੀ ਪਈ। ਜਦੋਂ ਮਹਾਰਾਜ ਉੱਥੇ ਪਹੁੰਚੇ ਨਾ, ਫਿਰ ਉੱਥੇ ਕੀ ਹੋਇਆ ਸੰਗ ਜੀ? ਸਰਸਾ ਨਦੀ ਤੇ ਪਤਾ ਕੀ ਹੋਇਆ? ਉਹ ਲੋਕੀ ਮਰ ਕੇ ਵਿਛੜਦੇ ਨੇ, ਓਏ ਉੱਥੇ ਜਿਉਂ ਦੇ ਵਿਛੜ ਗਏ ਸਾਰੇ। ਧੰਨ ਦਸਵੇਂ ਪਾਤਸ਼ਾਹ, ਸਾਡਾ ਕਿਤੇ ਵਿਛੋੜਾ ਪਵੇ ਨਾ। ਲੋਕੀ ਤਾਂ ਮਰ ਕੇ ਵਿਛੜਦੇ ਨੇ, ਉੱਥੇ ਜਿਉਂਦੇ ਵਿਛੜ ਗਏ। ਉਹ ਸਰਸਾ ਨਦੀ ਤੇ ਤਾਂ ਮਹਾਰਾਜ ਦਾ ਕਿੰਨਾ ਨੁਕਸਾਨ ਹੋਇਆ, ਉਹ ਵੱਡੇ ਵੀਰਾਂ ਨੂੰ ਛੋਟੇ ਵੀਰ ਨਹੀਂ ਮਿਲੇ। ਉਹ ਧੰਨ ਮਾਤਾ ਗੁਜਰ ਕੌਰ, ਉਹ ਮਾਂ ਨੂੰ ਮੁੜ ਕੇ ਪੁੱਤ ਦੇ ਦਰਸ਼ਨ ਨਹੀਂ ਹੋਏ। ਕਿਹੋ ਜਿਹਾ ਸਮਾਂ ਆਉਣਾ ਦਸਵੇਂ ਪਾਤਸ਼ਾਹ? ਸਾਨੂੰ ਤਾਂ ਮਹਾਰਾਜ ਚੇਤੇ ਹੀ ਨਹੀਂ, ਅਸੀਂ ਇੱਥੇ ਵੀ ਹੈ ਨਾ ਸੰਗ ਜੀ। ਸਾਡੀ ਨੀਤ ਵੇਖ ਕੇ ਰੱਬ ਮਰਾਦ ਦਿੰਦਾ ਏ, ਜਿਹੋ ਜਿਹੀ ਨੀਤ ਲੈ ਕੇ ਅਸੀਂ ਇੱਥੇ ਆਵਾਂਗੇ ਨਾ, ਰੱਬ ਨੇ ਇਹੋ ਜਿਹੀ ਮਰਾਦ ਦੇ ਦੇਣੀ। ਅਸੀਂ ਨਾ ਜਦੋਂ ਟਰਾਲੀਆਂ ਦੇ ਵਿੱਚ ਆਉਂਦੇ ਹਾਂ ਕਈ ਹੁੱਲੜਬਾਜੀ ਕਰਦੇ, ਉਹ ਮਹਾਰਾਜ ਜੇ ਤੁਹਾਨੂੰ ਮੱਥਾ ਟੇਕਦਿਆਂ ਨੂੰ ਵੇਖਦੇ ਆ, ਬਰਤਨ ਮਾਂਜਿਆਂ ਨੂੰ ਵੇਖਦੇ ਆ, ਜਦੋਂ ਤੁਸੀਂ ਹੁੱਲੜਬਾਜੀ ਕਰਦੇ ਹੋ ਜੋ ਨੀ ਮਹਾਰਾਜ ਵੇਖਦੇ? ਉਹ ਦਸਵੇਂ ਪਾਤਸ਼ਾਹ ਦੇ ਭਿਆ 'ਚ ਰਹਿਣਾ ਚਾਹੀਦਾ। ਅਸੀਂ ਦਸਵੇਂ ਪਾਤਸ਼ਾਹ ਨਾ ਸਾਡੇ ਸਿਰ ਕਰਜ਼ਾ ਚਾੜ ਕੇ ਗਏ ਨੇ। ਉਹ ਸਰਸਾ ਨਦੀ ਤੇ ਕੀ ਹੋਇਆ ਏ? ਉਹ ਮਹਾਰਾਜ ਦੇ ਨਾ ਸਰਸਾ ਨਦੀ ਤੇ ਕਹਿਰ ਹੋਇਆ। ਕਿਹੜਾ ਕਹਿਰ ਹੋਇਆ ਏ? ਸਰਸਾ ਨਦੀ ਤੇ ਨਾ ਮਹਾਰਾਜ ਦਾ। ਉਹ ਵੀਰਾਂ ਨਾਲੋ ਜੀ ਉੱਥੇ ਵੀਰ ਪਿੱਛੇ, ਓ ਵੀਰਾ ਨਾਲੋ ਜੀ।
ਧੰਨ ਦਸਵੇਂ ਪਾਤਸ਼ਾਹ ਉਹ ਸਰਸਾ ਨਦੀ ਤੇ ਦਾ ਮਹਾਰਾਜ ਤੇ ਕਹਿਰ ਹੋਇਆ ਉਹ ਮਾਵਾਂ ਨਾਲੋਂ ਪੁੱਤ ਵਿਛੜ ਗਿਆ ਉਹ ਵੀਰਾਂ ਨਾਲੋਂ ਵੀਰ ਵਿਛੜ ਗਿਆ ਜਦੋਂ ਛੋਟੇ ਸਾਹਿਬਜ਼ਾਦੇ ਵੱਡੇ ਸਾਹਿਬਜ਼ਾਦੇ ਨਾਲ ਵਿਛੜਨ ਲੱਗੇ ਨਾ ਬਾਬਾ ਅਜੀਤ ਸਿੰਘ ਜੀ ਕੀ ਕਹਿੰਦੇ ਨੇ ਛੋਟੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਕੀ ਕਹਿੰਦੇ ਨੇ ਕਹਿੰਦੇ ਵੀਰ ਜੀ ਮੇਰਾ ਤੁਹਾਨੂੰ ਨਾ ਜੱਫੀ ਪਾਉਣ ਨੂੰ ਦਿਲ ਕਰ ਗਿਆ ਬਾਬਾ ਫਤਿਹ ਸਿੰਘ ਜੀ ਨਾ ਬਹੁਤ ਪ੍ਰੇਮ ਕਰਿਆ ਕਰਦੇ ਬਾਬਾ ਜੀ ਸਿੰਘ ਜੀ ਬਹੁਤ ਵੱਡੇ ਸਨ ਉਹਨਾਂ ਨਾਲ ਉਮਰ ਦੇ ਵਿੱਚ ਧੰਨ ਦਸਵੇਂ ਪਾਤਸ਼ਾਹ ਜਦੋਂ ਨਾ ਮਹਾਰਾਜ ਤੇ ਔਖਾ ਸਮਾਂ ਆਇਆ ਉਹ ਪੀਰ ਬੁੱਧੂ ਸ਼ਾਹ ਦੇ 700 ਮਰੀਦ ਮਹਾਰਾਜ ਨੇ ਨਾ ਦਾਖਲਾ ਕਰਾਏ ਫੌਜ ਦੇ ਵਿੱਚ ਔਖੇ ਸਮੇਂ ਦੇ ਵਿੱਚ ਮਹਾਰਾਜ ਦੇ ਨਾ ਪਠਾਨ ਸਾਥ ਛੱਡ ਕੇ ਚਲੇ ਗਏ ਜਦੋਂ ਪੀਰ ਬੁੱਧੂ ਸ਼ਾਹ ਨੂੰ ਪਤਾ ਲੱਗਾ ਨਾ ਵੀ ਮੇਰੇ ਜਿਹੜੇ ਭਾਰਤੀ ਕਿਰਾਏ ਆ ਜਿਹੜੇ ਫੌਜ ਦੇ ਮੈਂਬਰ ਸਾਰੇ ਦਸਵੇਂ ਪਾਤਸ਼ਾਹ ਨੂੰ ਛੱਡ ਗਏ ਉਹ ਭੰਗਾਣੀ ਦੇ ਯੁੱਧ ਵਿੱਚ ਜਦੋਂ ਦਸਵੇਂ ਪਾਤਸ਼ਾਹ ਨੇ ਨਾ ਭੰਗਾਣੀ ਦਾ ਯੁੱਧ ਕੀਤਾ ਪਹਿਲਾਂ ਪੌਂਡਾ ਸਾਹਿਬ ਦੀ ਧਰਤੀ ਉਹ ਪੀਰ ਬੁੱਧੂ ਸ਼ਾਹ ਆਪਣੇ 700 ਮਰੀਦ ਨਾਲ ਲੈ ਕੇ ਆਇਆ ਫਿਰ ਮਹਾਰਾਜ ਦਾ ਸਾਥ ਦੇਣ ਵਾਸਤੇ ਦੇਖੋ ਮੁਸਲਮਾਨ ਫਕੀਰ ਕੀ ਕਹਿੰਦਾ ਕਹਿੰਦਾ ਮੇਰੇ ਫੌਜ ਦੇ ਭਰਤੀ ਕੀਤੇ ਨਾ ਜਿਹੜੇ ਮੈਂਬਰ ਸੀ ਮਹਾਰਾਜ ਨੂੰ ਛੱਡ ਗਏ ਨੇ ਪਰ ਮੈਂ ਨਾ ਮਹਾਰਾਜ ਦਾ ਜੰਗ ਦੇ ਵਿੱਚ ਸਾਥ ਦੇਣਾ ਹੈ ਉਹ ਨਾਲ ਆਪਣੇ ਦੋ ਪੁੱਤ ਵੀ ਲੈ ਕੇ ਆਇਆ ਚਾਰ ਪੁੱਤ ਸੀ ਪੀਰ ਬੁੱਧੂ ਸ਼ਾਹ ਦੇ ਜਦੋਂ ਦੋ ਚਾਰੇ ਪੁੱਤ ਲੈ ਕੇ ਆਇਆ ਨਾਲ ਮਰੀਦ ਲੈ ਕੇ ਆਇਆ ਉਹ ਜਦੋਂ ਨਾ ਘਮਸਾਣ ਦਾ ਯੁੱਧ ਹੋਇਆ ਦਸਵੇਂ ਪਾਤਸ਼ਾਹ ਦਾ ਫਿਰ ਮੁਗਲਾਂ ਦੇ ਨਾਲ ਉਹ ਜਦੋਂ ਘਮਸਾਣ ਦਾ ਯੁੱਧ ਹੋਇਆ ਪੀਰ ਬੁੱਧੂ ਸ਼ਾਹ ਦੇ ਦੋ ਨਾ ਪੁੱਤ ਸ਼ਹੀਦ ਹੋ ਗਏ ਉਹ ਦਸਵੇਂ ਪਾਤਸ਼ਾਹ ਦੀ ਨਾ ਫੌਜ ਦੇ ਵਿੱਚ ਜਦੋਂ ਭਰਤੀ ਕਰਿਆ 365 ਮਰੀਦ ਸ਼ਹੀਦ ਹੋ ਗਏ ਫਿਰ ਨਾ ਦਸਵੇਂ ਪਾਤਸ਼ਾਹ ਜਦੋਂ ਜੰਗ ਦੀ ਸਮਾਪਤੀ ਹੋਈ ਹੈ ਪੀਰ ਬੁੱਧੂ ਸ਼ਾਹ ਦਸਵੇਂ ਪਾਤਸ਼ਾਹ ਦੇ ਕੋਲ ਛੁੱਟੀਆਂ ਲੈਣ ਵਾਸਤੇ ਆਇਆ ਹੈ ਜਿਵੇਂ ਹੁਣ ਨਾ ਅਸੀਂ ਦਸਵੇਂ ਪਾਤਸ਼ਾਹ ਦੇ ਦਰਸ਼ਨ ਕਰਨ ਆਏ ਹਾਂ ਅਨੰਦਪੁਰ ਸਾਹਿਬ ਦੀ ਧਰਤੀ ਹੁਣ ਜਦੋਂ ਕਈਆਂ ਨੇ ਅੱਜ ਚਲੇ ਜਾਣਾ ਹੈ ਕਈਆਂ ਨੇ ਕੱਲ੍ਹ ਚਲੇ ਜਾਣਾ ਹੈ ਮਹਾਰਾਜ ਦੇ ਕੋਲ ਛੁੱਟੀਆਂ ਲੈ ਕੇ ਇਵੇਂ ਹੀ ਪੀਰ ਬੁੱਧੂ ਸ਼ਾਹ ਦੇ ਦੋ ਪੁੱਤ ਸ਼ਹੀਦ ਹੋ ਗਏ ਜੰਗ ਦੇ ਵਿੱਚ ਤੇ ਨਾ ਮਹਾਰਾਜ ਦੇ ਕੋਲ ਛੁੱਟੀਆਂ ਲੈਣ ਵਾਸਤੇ ਆਇਆ ਧੰਨ ਦਸਵੇਂ ਪਾਤਸ਼ਾਹ ਕੀ ਕਰ ਰਹੇ ਨੇ ਮਹਾਰਾਜ ਰੋਮ ਹਰੇ ਕਰ ਰਹੇ
ਉਹ ਰੋਮਾਂ ਨੂੰ ਨਾ ਕੇਸੀ ਇਸ਼ਨਾਨ ਕਰਕੇ ਕੰਘਾ ਕਰ ਰਹੇ ਨੇ ਦਸਵੇਂ ਪਾਤਸ਼ਾਹ। ਜਦੋਂ ਨਾ ਮਹਾਰਾਜ ਦਸਵੇਂ ਪਾਤਸ਼ਾਹ ਕੰਘਾ ਕਰ ਰਹੇ, ਰੋਮ ਹਰੇ ਕਰ ਰਹੇ ਨੇ, ਇੰਨੇ ਨੂੰ ਨਾ ਪੀਰ ਬੁੱਧੂ ਸ਼ਾਹ ਉਹ 365 ਮਰੀਦ ਸ਼ਹੀਦ ਹੋ ਗਏ, ਉਹ ਦੋ ਪੁੱਤ ਸ਼ਹੀਦ ਹੋ ਗਿਆ ਮਹਾਰਾਜ ਦੀ ਜੰਗ ਦੇ ਵਿੱਚ, ਕੰਭਗਾਣੀ ਦੇ ਯੁੱਧ ਦੇ ਵਿੱਚ। ਤੇ ਦਸਵੇਂ ਪਾਤਸ਼ਾਹ ਦੇ ਨਾ ਕੋਲ ਆ ਕੇ ਖੜ ਗਿਆ ਹੱਥ ਜੋੜ ਕੇ ਛੁੱਟੀਆਂ ਲੈਣ ਵਾਸਤੇ। ਜਦੋਂ ਛੁੱਟੀਆਂ ਲੈਣ ਲੱਗੇ ਨਾ, ਸਡੋਰੇ ਦਾ ਰਹਿਣ ਵਾਲਾ ਸੀ, ਕੀ ਕਹਿੰਦਾ ਮਹਾਰਾਜ ਨੂੰ? ਭਾਈ ਦਇਆ ਸਿੰਘ ਜੀ ਕੀ ਕਹਿੰਦੇ? ਨਾਲੇ ਮਹਾਰਾਜ ਰੋਮ ਹਰੇ ਕਰਨ। ਭਾਈ ਦਇਆ ਸਿੰਘ ਜੀ ਕਹਿੰਦੇ, ਕਹਿੰਦੇ ਮਹਾਰਾਜ ਜੀ, ਇਹ ਫਕੀਰ ਨੇ 700 ਮਰੀਦ ਲੈ ਕੇ ਸਾਡੇ ਯੁੱਧ ਦੇ ਵਿੱਚ ਨੇ ਸਾਥ ਦਿੱਤਾ ਹੈ, ਉਹ ਯੁੱਧ ਦੇ ਵਿੱਚ ਦੇ ਦੋ ਪੁੱਤ ਵੀ ਸ਼ਹੀਦ ਹੋ ਗਏ ਨੇ। ਤੇ ਮਹਾਰਾਜ ਉਹ ਵੇਖੋ ਹੱਥ ਬੰਨੀ ਖੜਾ ਤੁਹਾਡੇ ਕੋਲ ਛੁੱਟੀਆਂ ਲੈਣ ਵਾਸਤੇ, ਉਹ ਧੰਨ ਦਸਵੇਂ ਪਾਤਸ਼ਾਹ ਨਾਲੇ ਰੋਮ ਹਰੇ ਕਰਦੇ ਆ, ਨਾਲੇ ਪੀਰ ਬੁੱਧੂ ਸ਼ਾਹ ਨੂੰ ਪਤਾ ਕੀ ਕਹਿੰਦੇ? ਕਹਿੰਦੇ ਫਕੀਰਾ, ਤੂੰ ਔਖੇ ਵੇਲੇ ਮੇਰਾ ਸਾਥ ਦਿੱਤਾ, ਉਹ ਮੈਨੂੰ ਪਠਾਨ ਜਿਹੜੇ ਤੇਰੇ ਨਾਲ ਜੰਗ ਦੇ ਵਿੱਚ ਭਰਤੀ ਕਰਾਏ ਸੀ ਉਹ ਸਾਰੇ ਸਾਥ ਛੱਡ ਗਏ ਨੇ, ਪਰ ਤੂੰ ਨਾ ਮੇਰਾ ਸਾਥ ਦਿੱਤਾ। ਫਕੀਰਾ ਮੰਗ ਕੀ ਮੰਗਦਾ ਹੈ? ਉਹ ਇੰਦਰਪੁਰੀ ਦਾ ਰਾਜ ਦੇ ਦਈਏ, ਮਾਲਵੇ ਦਾ ਰਾਜਾ ਬਣਾ ਦੇ, ਦੱਸ ਮੰਗ ਕੀ ਮੰਗਦਾ ਹੈ? ਉਹ ਫਕੀਰ ਹੱਥ ਜੋੜ ਕੇ ਖੜ ਗਿਆ, ਕੀ ਕਹਿੰਦਾ? ਕਹਿੰਦਾ ਦਸਵੇਂ ਪਾਤਸ਼ਾਹ ਜੀ, ਤੇਰੇ ਦਿੱਤੇ ਸੀ ਪੁੱਤ, ਆ ਤੁਸੀਂ ਦਿੱਤੇ ਸੀ, ਇਹ ਵੀ ਦਾਤ ਤੇਰੀ, ਆ ਗੱਡੀਆਂ ਕਾਰਾਂ ਟਰੈਕਟਰ ਟਰਾਲੀਆਂ ਧੀਆਂ ਪੁੱਤ ਕਿਹਦੀਆਂ ਦਿੱਤੀਆਂ ਦਾਤਾਂ? ਧੱਕੇ ਨਾ ਲੈ ਸਕਦਾ ਸੰਗਤ ਚ ਜਿਹੜਾ ਮਾਲੀ ਹੁੰਦਾ ਨਾ, ਉਹ ਦਰਖਤ ਨੂੰ ਪਾਲਦਾ, ਉਹਨੂੰ ਪਾਣੀ ਲਾਉਂਦਾ, ਤੇ ਜਿਹੜਾ ਮਾਲੀ ਉਹਨੂੰ ਫਲ ਨਹੀਂ ਲਾ ਸਕਦਾ। ਫਲ ਕੌਣ ਲਾਉਂਦਾ? ਉਹ ਕਾਲ ਪੁਰਖ। ਉਹ ਪੀਰ ਬੁੱਧੂ ਸ਼ਾਹ ਕੀ ਕਹਿੰਦਾ? ਕਹਿੰਦਾ ਮਹਾਰਾਜ ਜੀ, ਤੁਹਾਡੀਆਂ ਦਿੱਤੀਆਂ ਹੀ ਦਾਤਾਂ ਨੇ, ਧੰਨ ਦਸਵੇਂ ਪਾਤਸ਼ਾਹ। ਉਹ ਮਹਾਰਾਜ ਕਹਿੰਦੇ, ਕਹਿੰਦਾ ਫਕੀਰਾਂ ਮੰਗ ਕੀ ਦੇ ਦਈਏ? ਉਹ ਇੰਦਰਪੁਰੀ ਦਾ ਰਾਜ ਦੇ ਦਈਏ, ਉਹ ਮਾਲਵੇ ਦਾ ਰਾਜਾ ਬਣਾ ਦਈਏ, ਤੂੰ ਜੰਗ ਦੇ ਵਿੱਚ ਸਾਡਾ ਸਾਥ ਦਿੱਤਾ। ਉਹ ਪੀਰ ਬੁੱਧੂ ਸ਼ਾਹ ਐ ਹੱਥ ਜੋੜ ਕੇ ਖੜ ਗਿਆ। ਮਹਾਰਾਜ ਕਹਿੰਦੇ, ਫਕੀਰਾ ਮੰਗ ਕੀ ਮੰਗਦਾ? ਤਾਂ ਫਕੀਰ ਕੀ ਕਹਿੰਦਾ ਪੀਰ ਬੁੱਧੂ ਸ਼ਾਹ? ਕਹਿੰਦਾ ਮਹਾਰਾਜ ਜੀ, ਜੇ ਦੇਣਾ ਹੀ ਹੈ ਨਾ, ਇੱਕ ਦਾਤ ਮੈਨੂੰ ਦੇ ਦਿਓ। ਮਹਾਰਾਜ ਕਹਿੰਦੇ, ਇੱਕ ਦਾਤ ਦੀ ਗੱਲ ਕਰਦਾ ਫਕੀਰਾ, ਉਹ ਤੂੰ ਮੇਰਾ ਜੰਗ ਦੇ ਵਿੱਚ ਸਾਥ ਦਿੱਤਾ, ਔਖੇ ਵੇਲੇ ਮੇਰਾ ਸਾਥ ਦਿੱਤਾ, ਉਹ ਤੂੰ ਮੰਗ ਕੀ ਮੰਗਦਾ ਏ? ਕਹਿੰਦਾ ਮਹਾਰਾਜ ਜੀ, ਹੱਥ ਜੋੜ ਕੇ ਦੇਖੋ ਪੀਰ ਬੁੱਧੂ ਸ਼ਾਹ ਨੇ ਕੀ ਮੰਗਿਆ, ਅਸੀਂ ਕੀ ਮੰਗਦੇ ਹਾਂ? ਦੇਖੋ ਪੀਰ ਬੁੱਧੂ ਸ਼ਾਹ ਦੀ ਦੇਣ ਕੀ ਆ ਤੇ ਮੰਗਦਾ ਕੀ? ਕਹਿੰਦਾ ਮਹਾਰਾਜ ਜੀ, ਕਿਰਪਾ ਕਰਿਓ, ਆ ਜਿਹੜੇ ਨਾ ਤੁਸੀਂ ਰੋਮ ਹਰੇ ਕਰਦੇ ਆ। ਤੇ ਮਹਾਰਾਜ ਕਹਿੰਦੇ, ਹਾਂਜੀ। ਕਹਿੰਦਾ ਮਹਾਰਾਜ ਜੀ, ਇੱਕ ਬੇਨਤੀ ਆ। ਦਸਵੇਂ ਪਾਤਸ਼ਾਹ ਕਹਿੰਦੇ, ਮੰਗੋ। ਪੀਰ ਬੁੱਧੂ ਸ਼ਾਹ ਕੀ ਮੰਗਦਾ ਹੈ? ਤੈਨੂੰ ਉਹੀ ਅੱਜ ਦੇ ਦੇਣੇ ਅਕਾਲ ਪੁਰਖ ਤੋਂ ਲੈ ਕੇ। ਉਹ ਮਹਾਰਾਜ ਨੂੰ ਪੀਰ ਬੁੱਧੂ ਸ਼ਾਹ ਹੱਥ ਜੋੜ ਕੇ ਕਹਿੰਦਾ ਏ, ਕਹਿੰਦਾ ਮਹਾਰਾਜ ਜੀ, ਜੇ ਦੇਣਾ ਹੀ ਹੈ ਨਾ, ਇੱਕ ਦਾਤ ਮੈਨੂੰ ਦੇ ਦਿਓ। ਸੰਗ ਜੀ, ਕੀ ਪੀਰ ਬੁੱਧੂ ਸ਼ਾਹ ਨੇ ਮੰਗਿਆ ਤੁਸੀਂ ਵੀ ਸੁਣੋ। ਓ ਕੰਗਾ ਰੋਮਾ ਦੇ ਸਮੇਤ ਮੈਨੂੰ ਦੇ ਦਿਓ, ਓਏ ਹੱਥ ਜੋੜ ਬੇਨਤੀ।
ਮੁਸਲਮਾਨ ਫਕੀਰ ਹੈ ਮਹਾਰਾਜ ਦੇ ਨਾ ਉਹ ਜੰਗ ਦੇ ਵਿੱਚ ਦੋ ਪੁੱਤ ਸ਼ਹੀਦ ਹੋ ਗਏ ਪੀਰ ਬੁੱਧੂ ਸ਼ਾਹ ਤੇ ਮਹਾਰਾਜ ਕਹਿੰਦੇ ਮੰਗ ਬਈ ਫਕੀਰਾ ਤੈਨੂੰ ਕੀ ਦੇ ਦਈਏ ਗੁਰੂ ਨਾਨਕ ਦੇ ਘਰ ਚੋਂ ਤੇਰੀ ਸੇਵਾ ਬੜੀ ਆ ਅਸੀਂ ਨਾ ਚਾਰ ਦਿਨ ਝੂਠੇ ਕਿਤੇ ਬਰਤਨਾ ਨਾ ਮਹਾਰਾਜ ਦੇ ਘਰ ਦੇ ਮੰਗ ਲਈਏ ਤੇ ਸਾਡੀਆਂ ਮੰਗਾਂ ਦੇਖੋ ਕੀ ਹੁੰਦੀਆਂ ਜੇ ਕਿਤੇ ਬੁਖਾਰ ਵੀ ਚੜ ਜਾਏ ਨਾ ਮਹਾਰਾਜ ਨੂੰ ਤਾਨੇ ਦੇਣ ਲੱਗ ਪੈਂਦਾ ਮਹਾਰਾਜ ਅਸੀਂ ਤੁਹਾਡੀ ਸੇਵਾ ਕਰਦੇ ਸਾਨੂੰ ਬੁਖਾਰ ਚੜ ਗਿਆ ਦੇਖੋ ਦੇਣ ਕੀ ਉਹ ਦਸਵੇਂ ਪਾਤਸ਼ਾਹ ਦੇ ਉੱਤੋਂ ਦੀ ਨਾ ਦੋ ਪੁੱਤ ਸ਼ਹੀਦ ਕਰ ਦਿੱਤੇ ਕੀ ਕਹਿੰਦਾ ਏ ਮਹਾਰਾਜ ਪੁੱਛਦੇ ਵੀ ਫਕੀਰਾ ਕੀ ਦੇ ਦਈਏ ਗੁਰੂ ਨਾਨਕ ਦੇ ਘਰ ਚੋਂ ਤੇ ਨਾਲੇ ਨਾ ਮਹਾਰਾਜ ਆਪਣੇ ਰੋਮ ਹਰੇ ਕਰਦੇ ਦਸਵੇਂ ਪਾਤਸ਼ਾਹ ਜਦੋਂ ਰੋਮ ਹਰੇ ਕਰਦੇ ਆ ਉਹ ਬੁੱਧੂ ਸ਼ਾਹ ਫਕੀਰ ਹੈ ਹੱਥ ਜੋੜ ਕੇ ਖੜ ਗਿਆ ਮਹਾਰਾਜ ਦੇ ਮੂਹਰੇ ਕਹਿੰਦਾ ਮਹਾਰਾਜ ਜੀ ਜੇ ਦੇਣਾ ਹੀ ਹੈ ਨਾ ਮੈਨੂੰ ਆ ਜਿਹੜਾ ਰੋਮਾਂ 'ਚ ਤੁਸੀਂ ਕੰਘਾ ਫੇਰਦੇ ਨਾ ਇਹ ਦੇ ਦਿਓ ਜਦੋਂ ਮਹਾਰਾਜ ਨੇ ਤਾਂ ਰੋਮਾਂ ਮਹਾਰਾਜ ਕਹਿੰਦਾ ਫਕੀਰਾ ਕੰਘਾ ਮੰਗਿਆ ਤੇ ਮਹਾਰਾਜ ਨਾ ਰੋਮਾਂ ਦੇ ਵਿੱਚੋਂ ਇਹਦਾ ਕੰਘਾ ਕੱਢ ਕੇ ਜਦੋਂ ਮਹਾਰਾਜ ਨਾ ਦੇਣ ਲੱਗੇ ਦਸਵੇਂ ਪਾਤਸ਼ਾਹ ਨਾ ਰੋਮ ਕੱਢਣ ਲੱਗੇ ਵਿੱਚੋਂ ਜਦੋਂ ਰੋਮ ਕੱਢਣ ਲੱਗਾ ਫਕੀਰ ਬੇਚਾਰ ਨਹੀਂ ਪੈ ਗਿਆ ਕਹਿੰਦਾ ਮਹਾਰਾਜ ਜੀ ਬੇਨਤੀ ਹੈ ਵੀ ਕੰਘਾ ਆਪਣੇ ਰੋਮਾਂ ਦੇ ਸਮੇਤ ਹੀ ਮੈਨੂੰ ਦੇ ਦੇ ਧੰਨ ਦਸਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਤੂੰ ਕੰਘਾ ਰੋਮ ਕੀ ਕਰਨੇ ਕਰਦੇ ਤੈਨੂੰ ਨਾ ਮਾਲਵੇ ਦਾ ਰਾਜਾ ਬਣਾ ਦਿੰਦੇ ਜਸ ਧੰਨ ਤੈਨੂੰ ਕਿੰਨਾ ਚਾਹੀਦਾ ਉਹ ਧੰਨ ਪੀਰ ਬੁੱਧੂ ਸ਼ਾਹ ਕੀ ਕਹਿੰਦਾ ਮਹਾਰਾਜ ਕਹਿੰਦਾ ਮਹਾਰਾਜ ਜੀ ਤੁਹਾਡਾ ਇੱਕ ਰੋਮ ਇੱਕ ਪਾਸੇ ਉਹ ਸਾਰੇ ਵਰਲਡ ਦਾ ਧੰਨ ਇੱਕ ਪਾਸੇ ਤੁਹਾਡੇ ਰੋਮ ਦੇ ਬਰਾਬਰ ਹੈ ਇਹ ਜਿਹੜੀ ਨਾ ਦੁਨੀਆ ਦਾ ਧੰਨ ਹੈ ਉਹ ਤੁਹਾਡੇ ਇੱਕ ਰੋਮ ਦੇ ਬਰਾਬਰ ਹੈ ਮਹਾਰਾਜ ਜੀ ਮੇਰੀ ਬੇਨਤੀ ਨੂੰ ਕਬੂਲ ਕਰੋ ਮੈਨੂੰ ਕੰਘਾ ਰੋਮਾਂ ਦੇ ਸਮੇਤ ਦੇ ਦਿਓ ਉਹ ਦਸਵੇਂ ਪਾਤਸ਼ਾਹ ਨੇ ਨਾ ਪ੍ਰੇਮ ਦੇ ਬਸ ਹੋ ਗਏ ਪੀਰ ਬੁੱਧੂ ਸ਼ਾਹ ਦੇ ਉਹ ਮਹਾਰਾਜ ਨੇ ਕੰਘੇ ਨੂੰ ਰੋਮਾਂ ਦੇ ਸਮੇਤ ਹੀ ਦੇ ਦਿੱਤਾ ਤਾਂ ਪੀਰ ਬੁੱਧੂ ਸ਼ਾਹ ਨੇ ਝੋਲੀ ਕਰ ਲਿਆ ਤੈ ਹੱਥ ਕਰ ਲਿਆ ਉਹ ਦਸਵੇਂ ਪਾਤਸ਼ਾਹ ਨੇ ਪੀਰ ਬੁੱਧੂ ਸ਼ਾਹ ਨੂੰ ਨਾ ਕੰਘਾ ਰੋਮਾਂ ਦੇ ਸਮੇਤ ਹੀ ਦੇ ਦਿੱਤਾ ਜੇ ਤੁਸੀਂ ਦਰਸ਼ਨ ਕਰਨੇ ਹੁਣ ਨਾ ਜਾ ਕੇ ਕੇਸਗੜ੍ਹ ਸਾਹਿਬ ਉਹੀ ਕੰਘਾ ਰੋਮ ਹੈ ਜਿਹੜੇ ਦਸਵੇਂ ਪਾਤਸ਼ਾਹ ਨੇ ਪੀਰ ਬੁੱਧੂ ਸ਼ਾਹ ਨੂੰ ਦਿੱਤਾ ਉਹ ਤਾਕਤ ਦੇ ਬਰਾਜ ਮਾਰਨੇ ਜਾ ਕੇ ਦਰਸ਼ਨ ਕਰਨੇ ਉਹ ਜਿਹੜੇ ਪੀਰ ਬੁੱਧੂ ਸ਼ਾਹ ਨੂੰ ਦਸਵੇਂ ਪਾਤਸ਼ਾਹ
ਪਾਤਸ਼ਾਹ ਨੇ ਦਿੱਤੇ। ਫਿਰ ਵੇਖੋ ਜਦੋਂ ਦਸਵੇਂ ਪਾਤਸ਼ਾਹ ਤੋਂ ਮੈਂ ਛੁੱਟੀਆਂ ਲਈਆਂ, ਕਹਿੰਦਾ ਮਹਾਰਾਜ ਜੀ ਕਿਰਪਾ ਕਰੋ ਹੁਣ ਨਾ ਮੈਂ ਘਰ ਨੂੰ ਚਲੇ ਜਾਣਾ, ਜੰਗ ਸਮਾਪਤ ਹੋ ਗਿਆ ਏ, ਉਹ ਦਸਵੇਂ ਪਾਤਸ਼ਾਹ ਦੀ ਕਾਲ ਪੁਰਖ ਦੀ ਜਿੱਤ ਹੋਈ ਹੈ, ਹੁਣ ਮਹਾਰਾਜ ਜੀ ਮੈਨੂੰ ਛੁੱਟੀਆਂ ਦੇ ਦਿਓ। ਤੇ ਮਹਾਰਾਜ ਕਹਿੰਦੇ ਵੀ ਪੀਰ ਬੁੱਧੂ ਸ਼ਾਹ ਚਲੋ ਹੁਣ ਤੁਸੀਂ ਛੁੱਟੀਆਂ, ਤੁਸੀਂ ਚਲੇ ਜਾਓ। ਜਦੋਂ ਨਾ ਪੀਰ ਬੁੱਧੂ ਸ਼ਾਹ ਤੁਰਨ ਲੱਗਾ ਦਸਵੇਂ ਪਾਤਸ਼ਾਹ ਨਾ ਚਲੇ ਗਏ ਆਪਣੇ ਤੰਬੂ ਵਾਲੇ ਨੂੰ, ਉਹ ਪੀਰ ਬੁੱਧੂ ਸ਼ਾਹ ਨੇ ਕੀ ਕੀਤਾ ਏ, ਜਦੋਂ ਨਾ ਮਹਾਰਾਜ ਨੇ ਚਰਨ ਚੱਕੇ, ਜਦੋਂ ਚਰਨ ਉੱਥੇ ਨਾ ਅੱਗੇ ਨੂੰ ਤੁਰੇ ਆ, ਉਹ ਪੀਰ ਬੁੱਧੂ ਸ਼ਾਹ ਨੇ ਆਪਣਾ ਇੱਕ ਪੱਲਾ ਲਿਆ ਏ, ਜਿਵੇਂ ਅਸੀਂ ਯੂਰੀਆ ਲਿਆ ਨਾ, ਉਸਨੇ ਆਪਣੀ ਚਾਦਰ ਦੇ ਪੱਲੇ ਵਿੱਚ ਉਹ ਦਸਵੇਂ ਪਾਤਸ਼ਾਹ ਦੀ ਚਰਨਾਂ ਦੀ ਧੂੜ ਪਾ ਲਈ। ਉਹ ਧੂੜ ਪਾ ਕੇ ਤਾਂ ਐ ਬੰਨ ਲੈ, ਬੰਨ ਕੇ ਨਾ ਫਿਰ ਘਰ ਨੂੰ ਚੱਲਾ, ਚਰਨਾਂ ਦੀ ਧੂੜ ਦਸਵੇਂ ਪਾਤਸ਼ਾਹ ਦੀ, ਅਸੀਂ ਵੀ ਮਹਾਰਾਜ ਦੇ ਚਰਨਾਂ ਦੀ ਧੂੜ ਲੈਣ ਵਾਸਤੇ ਆਏ ਹਾਂ। ਉਹ ਦਸਵੇਂ ਪਾਤਸ਼ਾਹ ਦੀ ਨਾ ਚਰਨਾਂ ਦੀ ਧੂੜ ਲੈਣ ਵਾਸਤੇ ਅਸੀਂ ਸਾਰੇ ਇੱਥੇ ਆਏ। ਉਹ ਪੀਰ ਬੁੱਧੂ ਸ਼ਾਹ ਕੀ ਕਹਿਣ ਲੱਗਾ, ਉਹ ਤੁਰਿਆ ਚਰਨਾਂ ਦੀ ਧੂੜ ਨਾ ਐ ਆਪਣੀ ਚਾਦਰ ਦੇ ਵਿੱਚ ਬੰਨ ਲਈ ਤੇ ਸੰਢੋਰੇ ਵੱਲ ਤੁਰ ਪਿਆ ਜਿੱਥੇ ਰਹਿੰਦਾ ਸੀ। ਜਦੋਂ ਨਾ ਸੰਢੋਰੇ ਪਹੁੰਚਿਆ ਪੀਰ ਬੁੱਧੂ ਸ਼ਾਹ, ਉਹਦੀ ਘਰ ਵਾਲੀ ਨਸ਼ੀਰਾ, ਜਦੋਂ ਨਾ ਪੀਰ ਬੁੱਧੂ ਸ਼ਾਹ ਦੇ ਕੀਤੇ ਦਰਸ਼ਨ ਆਪਣੇ ਘਰ ਵਾਲੇ ਦੇ ਪਤੀ ਦੇਵ ਦੇ ਨਿਗਾਹ ਪੈ, ਤਾਂ 365 ਮਰੀਦ ਸ਼ਹੀਦ ਹੋਏ ਪੀਰ ਬੁੱਧੂ ਸ਼ਾਹ ਦਾ। ਜਦੋਂ ਦੋ ਪੁੱਤ ਨਿਗਾਹ ਪੈ ਨਾ ਮਾਂ ਦੇ, ਉਹ ਦੋ ਪੁੱਤ ਕਹਿੰਦੀ ਕਿੱਥੇ ਗਿਆ ਮੇਰੇ। ਜਦੋਂ ਨਾ ਮਹਾਰਾਜ ਚੇਤੇ ਕਰ ਕਰ ਪੀਰ ਬੁੱਧੂ ਸ਼ਾਹ ਦਸਵੇਂ ਪਾਤਸ਼ਾਹ ਨੂੰ ਚੇਤੇ ਕਰਦਾ ਚਰਨਾਂ ਦੀ ਧੂੜ ਲੈ ਕੇ ਆਇਆ, ਤੇ ਘਰ ਵਾਲੀ ਕੀ ਕਹਿੰਦੀ ਆ, ਉਹ ਕਹਿੰਦੀ ਮੇਰੇ ਪੁੱਤ ਦੋ ਕਿੱਥੇ ਆ, ਚਾਰ ਸੀਗੇ ਉਹ ਦੋ ਕਿੱਥੇ ਗਏ ਆ। ਉਹ ਪੀਰ ਬੁੱਧੂ ਸ਼ਾਹ ਕਹਿੰਦਾ ਮੈਂ ਦਸਵੇਂ ਪਾਤਸ਼ਾਹ ਦੇ ਉੱਤੋਂ ਦੀ ਹੈ ਨਾ ਦੋ ਪੁੱਤ ਬਾਰ ਉਹਦੇ ਹੀ ਸੀ, ਉਹਨੇ ਹੀ ਦਿੱਤੇ ਸੀ। ਜਦੋਂ ਮਾਂ ਨੂੰ ਪਤਾ ਲੱਗਾ ਨਾ, ਸੰਗ ਜੀ ਮਾਵਾਂ ਦਾ ਪੁੱਤਾਂ ਦੇ ਨਾਲ ਪ੍ਰੇਮ ਬਹੁਤ ਹੁੰਦਾ, ਇਹ ਪੋਤੇ ਹੀ ਨੇ ਜਿਹੜੇ ਮਾਵਾਂ ਨਾਲ ਪ੍ਰੇਮ ਨਹੀਂ ਕਰਦੇ, ਤੇ ਮਾਵਾਂ ਨੂੰ ਪੁੱਤ ਪਿਆਰੇ ਵੀ ਬਹੁਤ ਹੁੰਦੇ। ਉਹ ਪੁੱਤਾਂ ਵਾਲੇ ਉਹ ਜਗਤ ਦਾ ਪੁੱਤ ਮੇਵਾ ਹੁੰਦੇ ਮਾਪਿਆਂ ਦੀ ਜਿੰਦ ਜਾਣ, ਉਹ ਪੁੱਤ ਮੁੱਕ ਜਾਂਦੇ ਲੱਕ ਟੁੱਟ ਜਾਂਦੇ। ਉਹ ਜਦੋਂ ਦੋ ਪੁੱਤ ਸ਼ਹੀਦ ਹੋ ਗਏ ਨਾ ਪਤਾ ਲੱਗਾ, ਉਹ ਪੀਰ ਬੁੱਧੂ ਸ਼ਾਹ ਕੀ ਕਹਿੰਦਾ ਏ, ਕਹਿੰਦਾ ਮੈਂ ਦਸਵੇਂ ਪਾਤਸ਼ਾਹ ਦੇ ਉੱਤੋਂ ਦੀ ਆਪਣੇ ਦੋ ਪੁੱਤ ਬਾਰ ਦਿੱਤੇ। ਤਾਂ ਭੈਣ ਨਸ਼ੀਰਾ ਨਾ ਰੋਣ ਲੱਗ ਪਈ ਪੁੱਤਾਂ ਦੇ ਵਿਯੋਗ ਦੇ ਵਿੱਚ, ਉਹ ਮਾਵਾਂ ਦਾ ਪੁੱਤਾਂ ਦੇ ਨਾਲ ਪ੍ਰੇਮ ਬਹੁਤ ਹੁੰਦਾ ਏ, ਇੱਥੇ ਨਾ ਉਹ ਮਾਂ ਦੀ ਧਾਰ ਨਿਕਲ ਗਈ ਪੁੱਤ ਨੂੰ ਯਾਦ ਕਰਕੇ, ਕਹਿੰਦੀ ਮੈਂ ਕੀ ਕੀ ਸੋਚਿਆ ਸੀ। ਜਦੋਂ ਨਾ ਬੱਚਾ ਜਨਮ ਲੈਂਦਾ ਏ, ਉਹ ਮਾਂ ਦੀ ਬਹੁਤ ਦੇਣ ਹੁੰਦੀ ਆ, ਇੱਕ ਤਾਂ ਰੱਬ ਨਾ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਆ ਸਾਡੇ ਵਾਸਤੇ, ਇਹ ਰੱਬ ਨੇ ਸਾਡੇ ਵਾਸਤੇ, ਦਸਵੇਂ ਪਾਤਸ਼ਾਹ ਦੇ ਬਚਨ ਵੀ ਨੇ, ਹਜ਼ੂਰ ਸਾਹਿਬ ਦੀ ਧਰਤੀ। ਮਹਾਰਾਜ ਕੀ ਕਹਿੰਦੇ ਆ, ਸਿੰਘ ਬਰਾਗ ਕਰਨ ਮਹਾਰਾਜ ਦੇ ਕੋਲ, ਮਹਾਰਾਜ ਕਹਿੰਦੇ ਸਾਡਾ ਸੱਚਖੰਡ ਜਾਣ ਦਾ ਸਮਾਂ ਆ ਗਿਆ ਸਿੰਘ। ਮਹਾਰਾਜ ਕਹਿੰਦੇ ਸਿੰਘੋ ਸਾਡਾ ਨਾ ਸੱਚਖੰਡ ਜਾਣ ਦਾ ਸਮਾਂ ਆ ਗਿਆ। ਸਿੰਘ ਕੀ ਕਹਿੰਦੇ, ਕਹਿੰਦੇ ਮਹਾਰਾਜ ਜੀ ਤੁਸੀਂ ਸਾਨੂੰ ਛੱਡ ਕੇ ਚਲੇ ਜਾਣਾ ਬਰਾਗ ਕਰਨ ਮਹਾਰਾਜ ਦੇ ਨਾ ਵਿਛੋੜੇ ਦੇ ਵਿੱਚ। ਮਹਾਰਾਜ ਕਹਿੰਦੇ ਹਾਂ ਵੀ ਸਿੰਘੋ ਅਸੀਂ ਤੁਹਾਨੂੰ ਛੱਡ ਕੇ ਚਲੇ ਜਾਣਾ, ਸਾਡਾ ਸਮਾਂ ਆ ਗਿਆ। ਤੇ ਨਾਲੇ ਸਿੰਘ ਰੋਣ ਨਾਲੇ ਕਹਿਣ ਮਹਾਰਾਜ ਜੀ ਸਾਨੂੰ ਇਹ ਦੱਸੋ ਉਹ ਦਸੀ ਪ੍ਰੀਤ ਨਾ ਓਏ ਕੀ ਦੇ ਲਾੜੇ ਲਾ ਕੇ
ਸਿੰਘ ਪਰਾਗ ਕੰਨ ਦਸਵੇਂ ਪਾਤਸ਼ਾਹ ਦੇ ਕੋਲ, ਕਹਿੰਦੇ ਮਹਾਰਾਜ ਜੀ ਤੁਸੀਂ ਸਾਨੂੰ ਛੱਡ ਕੇ ਚਲੇ ਜਾਣਾ। ਮਹਾਰਾਜ ਕਹਿੰਦੇ ਸਿੰਘੋ ਜਦੋਂ ਤੁਸੀਂ ਮੇਰੇ ਬਜੋਗ ਦੇ ਵਿੱਚ ਰੋਂਦੇ ਮੇਰੇ ਕੋਲ ਕਿਤੇ ਝੱਲ ਹੁੰਦੇ, ਜਦੋਂ ਤੁਸੀਂ ਮੇਰੇ ਬਜੋਗ ਦੇ ਵਿੱਚ ਰੋਂਦੇ ਆ ਉਹ ਮੇਰੇ ਕੋਲ ਕਿਤੇ ਝੱਲ ਹੁੰਦੇ ਆ, ਪਰ ਮੈਂ ਤੁਹਾਨੂੰ ਇਹੋ ਜਿਹੇ ਗੁਰੂ ਦੇ ਲੜ ਲਾ ਕੇ ਜਾਣਾ ਹੈ ਜਿਹਦਾ ਤੁਹਾਡੇ ਨਾਲ ਨਾ ਕਦੀ ਉਹਦਾ ਵਿਛੋੜਾ ਨਹੀਂ ਪਊ। ਉਹ ਫਿਰ ਨਾ ਸਾਨੂੰ ਮਹਾਰਾਜ ਉਹ ਸ੍ਰਿਸ਼ਟੀ ਦੇ ਮਾਲਕ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਦੇ ਲੜ ਲਾ ਕੇ ਗਏ ਨੇ। ਮਹਾਰਾਜ ਕਹਿੰਦੇ ਇਹ ਤੁਹਾਡੇ ਵਾਸਤੇ ਰੱਬ ਹੈ। ਇਸੇ ਤਰ੍ਹਾਂ ਉਹ ਨਸ਼ੀਰਾ ਰੋਂਦੀ ਹੈ, ਕੀ ਕਹਿੰਦੀ ਹੈ, ਕਹਿੰਦੀ ਮੇਰੇ ਦੋ ਪੁੱਤ ਕਿੱਥੇ ਗਏ। ਉਹ ਪੀਰ ਬੁੱਧੂ ਸ਼ਾਹ ਕਹਿੰਦਾ ਮੈਂ ਦਸਵੇਂ ਪਾਤਸ਼ਾਹ ਦੇ ਨਾ ਜੰਗ ਦੇ ਵਿੱਚ ਆਪਣੇ ਦੋ ਪੁੱਤ ਸ਼ਹੀਦ ਹੋ ਗਏ। ਉਹ ਨਾ ਮਾਂ ਫਿਰ ਬਰਾਗ ਕਰਨ ਲੱਗ ਪਈ, ਬਰਾਗ ਕਰਨਾ ਵੀ ਬਣਦਾ ਹੈ ਮਹਾਰਾਜ ਜੀ, ਸੰਗ ਜੀ ਮਾਵਾਂ ਦਾ ਪੁੱਤਾਂ ਦੇ ਨਾਲ ਪ੍ਰੇਮ ਹੀ ਬਹੁਤ ਹੁੰਦਾ, ਜਦੋਂ ਨਾ ਪੁੱਤ ਕਿਤੇ ਘਰ ਪੈਦਾ ਹੁੰਦਾ ਮਾਂ ਕਿਵੇਂ ਪੁੱਤਾਂ ਨੂੰ ਪਾਲਦੀ, ਇਹ ਪੁੱਤ ਹੀ ਨੇ ਵੱਡੇ ਹੋ ਕੇ ਨਾ ਮਾਵਾਂ ਨੂੰ ਧੱਕੇ ਮਾਰਦੇ, ਕਿੱਥੇ ਦੇਣ ਦੇਵਾਂਗੇ। ਮਹਾਰਾਜ ਕੀ ਕਹਿੰਦੇ ਨੇ, ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ, ਉਹ ਕਹਿੰਦੇ ਤੁਹਾਡੇ ਵਾਸਤੇ ਮਾਂ ਰੱਬ ਹੈ, ਅਸੀਂ ਰੱਬ ਨੂੰ ਧੱਕੇ ਮਾਰਦੇ ਫਿਰਦੇ। ਜਦੋਂ ਨਾ ਮਾਂ ਕਿਤੇ ਪੁੱਤ ਘਰ ਪੈਦਾ ਹੁੰਦਾ ਹੈ, ਜਿਵੇਂ ਨਾ ਇੱਕ ਵਿਦਵਾਨ ਲਿਖਦਾ ਏ, ਕੀ ਲਿਖਦਾ ਏ, ਉਹ ਮੁੱਲ ਮਾਂ ਦੇ ਪਿਆਰ ਦਾ ਕੌਣ ਜਾਣੇ, ਉਹ ਮਾਵਾਂ ਪੁੱਤਾਂ ਨੂੰ ਲਾਡ ਲੜਾਉਂਦੀਆਂ ਨੇ, ਉਹ ਗਿੱਲੀ ਥਾਂ ਤੇ ਕੱਟਦੀਆਂ ਰਾਤ ਸਾਰੀ, ਉਹ ਸੁੱਕੀ ਥਾਂ ਤੇ ਪੁੱਤ ਨੂੰ ਪਾਉਂਦੀਆਂ ਨੇ, ਉਹ ਰੁੱਸ ਜਾਮਦਾ ਜੇਕਰ ਪੁੱਤ ਕਿਧਰੇ, ਉਹ ਕਰ ਕਰ ਮਿੰਤਾ ਆਪ ਮਨਾਉਂਦੀਆਂ ਨੇ, ਉਹ ਸਾਜ ਸੰਗਤ ਜੀ ਇਸ ਜਗ ਉੱਤੇ, ਉਹ ਮਾਵਾਂ ਰੱਬ ਦਾ ਰੂਪ ਕਹਾਉਂਦੀਆਂ ਨੇ। ਸੰਗ ਜੀ ਜਦੋਂ ਮਾਪੇ ਘਰ ਹੁੰਦੇ ਆ ਨਾ ਉਦੋਂ ਆਪਾਂ ਨਾ ਉਹਨਾਂ ਦਾ ਸਹਾਰਾ ਨਹੀਂ ਬਣਦੇ, ਪਰ ਜਦ ਪਤਾ ਕਦੋਂ ਲੱਗਦਾ ਏ, ਜਦੋਂ ਚਲੇ ਜਾਂਦੇ ਫਿਰ ਨਾ ਆ ਜਿਹੜੀ ਦੁਨੀਆ ਹੈ ਇਹ ਸੁਣੀ ਸੁਣੀ ਜਾਪ, ਜਿਵੇਂ ਨਾ ਧਾਰਨਾ ਪੜਿਆ ਕਰਦੇ ਉਹ ਜਦੋਂ ਤੁਰੀ ਜਾਂਦੇ ਨੇ ਮਾਪੇ, ਉਹ ਦੁਨੀਆ ਸੁਣੀ ਸੁਣੀ ਜਾਪੇ, ਸੁਣੀ।
ਸੰਗਤ ਜੀ, ਮਾਵਾਂ ਦਾ ਪੁੱਤਾਂ ਦੇ ਨਾਲ ਪ੍ਰੇਮ ਬਹੁਤ ਹੁੰਦਾ ਏ, ਪਰ ਨਾ ਆਪਾਂ ਨੀ ਮਾਵਾਂ ਦੀ ਸਾਰ ਲਈ। ਉਹ ਜਿਹਨੇ ਸਾਨੂੰ ਨਾ ਇਹ ਮਾਤ ਲੋਕ ਦੇ ਦਰਸ਼ਨ ਕਰਾਏ, ਦੇਖੋ ਅਸੀਂ ਉਹਦੇ ਨੀ ਬਣਦੇ। ਰੱਬ ਨੂੰ ਤਾਂ ਕੀ ਚੇਤੇ ਰੱਖਾਂਗੇ, ਉਹ ਮਾਵਾਂ ਨੂੰ ਕੋਈ ਧੱਕੇ ਦਿੰਦੇ ਨੇ। ਅਸੀਂ ਬਾਬਾ ਜੀ ਦੇ ਨਾਲ ਦੀਵਾਨ ਲਾ ਜਾਇਆ ਕਰਦੇ ਨਿੱਤ, ਨਾ ਨਵੇਂ ਨਵੇਂ ਨਗਰਾਂ ਦੇ ਵਿੱਚ ਦੀਵਾਨ ਲਾਉਣੇ, ਤੇ ਮਾਵਾਂ ਦਾ ਕਿਤੇ ਹਾਲ ਪੁੱਛ ਕੇ ਵੇਖੋ, ਕਹਿੰਦੇ ਪੁੱਤ ਸਾਰ ਹੀ ਨੀ ਲੈਂਦੇ। ਉਹ ਪੰਜਾਂ ਪੰਜਾਂ ਪੁੱਤਾਂ ਦੀਆਂ ਮਾਵਾਂ ਰੋਂਦੀਆਂ, ਇਵੇਂ ਹੀ ਹੈ ਨਾ। ਉਹ ਜਦੋਂ ਨਾ ਪੀਰ ਪੁੱਤੂ ਸ਼ਾਹ ਪਹੁੰਚਿਆ ਸਨੌਰੇ ਦੀ ਧਰਤੀ ਤੇ, ਉਹ ਨਸ਼ੀਰਾ ਪੁੱਛਦੀ ਹੈ, ਕਹਿੰਦੀ ਮੇਰੇ ਦੋ ਪੁੱਤ ਕਿੱਥੇ ਗਏ। ਉਹ ਪੀਰ ਬੁੱਧੂ ਸ਼ਾਹ ਕਹਿੰਦਾ ਮੈਂ ਦਸਵੇਂ ਪਾਤਸ਼ਾਹ ਦੀ ਜੰਗ ਦੇ ਵਿੱਚ ਨਾ ਮੇਰੇ ਦੋ ਪੁੱਤ ਸ਼ਹੀਦ ਹੋ ਗਏ। ਜਦੋਂ ਸ਼ਹੀਦ ਦਾ ਨਾਂ ਲਿਆ ਵੀ ਮੇਰੇ ਦੋ ਪੁੱਤ ਚਲ ਗਏ, ਉਹ ਮਾਂ ਦੀਆਂ ਧਾਹਾਂ ਨਿਕਲ ਗਈਆਂ। ਕੀ ਕਹਿੰਦੀ, ਨਾਲੇ ਬਰਾਗ ਕਰੇ ਉਹ ਨਾਲੇ ਧਾਹਾਂ ਮਾਰੇ ਪੁੱਤਾਂ ਨੂੰ ਯਾਦ ਕਰ ਕਰ। ਉਹ ਇੱਕ ਪੁੱਤ ਜੇ ਕਿਸੇ ਦਾ ਮਾਰੇ ਜਾਵੇ, ਦਿਨੇ ਰਾਤੀ ਫਿਰੇ ਰੋਂਦਾ ਏ, ਪੁੱਤ ਜੇ ਕਿਸੇ ਦਾ ਮਾਰੇ ਜਾਵੇ, ਪੁੱਤ ਦਿਨੇ ਰਾਤੀ ਫਿਰੇ ਰੋਂਦਾ ਏ, ਦਿਨੇ ਰਾਤੀ ਫਿਰੇ ਰੋਂਦਾ ਏ।
ਸ਼ੀਰਾ ਪੁੱਛਦੀ ਆ ਕੀ ਕਹਿੰਦੀ ਆ, ਕਹਿੰਦੀ ਪਤੀ ਦੇਵ ਉਹ ਮੇਰੇ ਦੋ ਪੁੱਤ ਕਿੱਥੇ ਗਏ? ਸੰਗ ਜੀ ਰੱਬ ਨਾ ਕਰੇ ਨਾ ਕਿਤੇ ਚੜ੍ਹਦੀ ਜਵਾਨੀ ਚ ਕਿਸੇ ਮਾਂ ਦਾ ਪੁੱਤ ਨਾ ਕਿਤੇ ਮਰ ਜਾਵੇ, ਪੂਰਾ ਹੋ ਜਾਵੇ, ਕਿਤੇ ਮਾਂ ਦਾ ਹਾਲ ਵੇਖਿਆ? ਉਹ ਮਾਵਾਂ ਕਿਤੇ ਸਿਵਿਆਂ ਨੂੰ ਜਾਂਦੀਆਂ ਵੇਖੀਆਂ? ਭਗਵਾਨ ਕ੍ਰਿਸ਼ਨ ਜੀ ਕੀ ਕਹਿੰਦੇ ਨੇ, ਪੁੱਛਦੇ ਨੇ, ਕਹਿੰਦੇ ਜਦੋਂ ਨਾ ਮਾਂ ਕਿਤੇ ਪੁੱਤ ਦੀ ਲਾਸ਼ ਦੇ ਪਿੱਛੇ ਜਦੋਂ ਤੁਰੀ ਜਾਂਦੀ ਹੈ ਸੀੜੀ ਦੇ, ਜਦੋਂ ਸੀੜੀ ਦੇ ਪਿੱਛੇ ਤੁਰੀ ਜਾਂਦੀ ਹੈ ਨਾ, ਉੱਥੇ ਬਹੁਤ ਸਰੀਰ ਦਾਖਲ ਹੁੰਦੇ ਨੇ, ਜਿਵੇਂ ਨਾ ਦੁੱਖ ਵੰਡਾਉਣ ਵਾਲੇ ਕੇ ਚਲੇ ਜਾਂਦੇ ਨੇ। ਕਹਿੰਦੇ ਸਭ ਦੀਆਂ ਅੱਖਾਂ ਹੀ ਰੋਂਦੀਆਂ ਨੇ। ਉਹ ਭਗਵਾਨ ਜੀ ਕਹਿੰਦੇ ਸਭ ਦੀਆਂ ਅੱਖਾਂ ਰੋਂਦੀਆਂ ਨੇ, ਇੱਕ ਸਰੀਰ ਇਹੋ ਜਿਹਾ ਹੁੰਦਾ ਏ ਉਹ ਜਿਹਦੀਆਂ ਆਂਦਰਾਂ ਰੋਂਦੀਆਂ ਨੇ। ਉਹ ਕਿਹੜਾ ਸਰੀਰ ਹੁੰਦਾ ਏ? ਸੰਗ ਜੀ ਉਹ ਮਾਂ ਹੁੰਦੀ ਹੈ। ਉਹ ਮਾਂ ਨਾ ਜਦੋਂ ਸੀਸ ਦਿੰਦੀ ਹੈ ਉਹ ਬੱਚੇ ਨੂੰ ਦਿਲ ਤੋਂ ਦਿੰਦੀ ਹੈ, ਪਰ ਹਾਂ ਕਿਤੇ ਮਾਂ ਦੀ ਬਦ ਸੀਸ ਨਾ ਲੈ ਲੈ। ਸਾਨੂੰ ਨਾ ਬਾਬਾ ਜੀ ਨੇ ਇੱਕ ਉਹਨਾਂ ਦੇ ਨਗਰ ਦਾ ਨਾ ਇੱਕ ਸੀਗਾ, ਉਹਨੇ ਨਾ ਆਪਣੀ ਮਾਂ ਦੀ ਬਦ ਸੀਸ ਲਈ, ਹੁਣ ਵੀ ਸੜਕ ਤੇ ਰੋਂਦਾ ਫਿਰਦਾ ਹੈ। ਉਹ ਪੀਰ ਬੁੱਧੂ ਸ਼ਾਹ ਦੀ ਨਾ ਘਰ ਵਾਲੀ ਉਹ ਨਸ਼ੀਰਾ ਪੁੱਛਦੀ ਹੈ, ਕਹਿੰਦੀ ਦੋ ਪੁੱਤ ਮੇਰੇ ਕਿੱਥੇ ਗਏ? ਤਾਂ ਪੀਰ ਬੁੱਧੂ ਸ਼ਾਹ ਕਹਿੰਦਾ ਮਹਾਰਾਜ ਜੀ ਨੇ ਜੰਗ ਦੇ ਵਿੱਚ ਸ਼ਹੀਦ ਕਰਵਾ ਦੇ। ਉਹ ਬਰਾਗ ਕਰਦੀ ਹੈ, ਕਹਿੰਦੀ ਮਾਮਾ ਦਾ ਹਾਲ ਪਤਾ ਕੀ ਹੁੰਦਾ ਜਿਹਨਾਂ ਦੇ ਪੁੱਤ ਇਸ ਦੁਨੀਆਂ ਤੋਂ ਚਲੇ ਜਾਂਦੇ। ਨਾਲੇ ਰੋਂਦੀ ਹੈ, ਉਹ ਤਾਂ ਹਾਂ ਮਾਰ ਮਾਰ ਕੇ ਕੀ ਕਹਿੰਦੀ ਹੈ ਪੀਰ ਬੁੱਧੂ ਸ਼ਾਹ ਨੂੰ, ਉਹ ਪਿਆਰੇ ਜੀ ਜਿਹਨਾਂ ਦੇ ਪੁੱਤ ਤੁਰ ਗਏ ਦੁਨੀਆਂ ਤੋਂ।